ਹਾਂਜੀ, ਜੇ ਤੁਸੀਂ ਵੀ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਦੇ ਉੱਤੇ ਵੀਡੀਓ ਪਾ ਪਾ ਕੇ ਅੱਕ ਗਏ ਹੋ, ਤੁਹਾਨੂੰ ਪੈਸੇ ਨਹੀਂ ਬਣਦੇ, ਡਾਲਰ ਨਹੀਂ ਬਣਦੇ, ਤਾਂ ਤੁਹਾਨੂੰ ਅੱਜ ਮੈਂ ਇੱਕ ਵੈਬਸਾਈਟ ਦੱਸਣ ਲੱਗਿਆ ਵਾਂ ਜਿਹਦੇ 'ਤੇ ਵੀਡੀਓ ਪਾ ਕੇ ਤੁਸੀਂ ਪੈਸੇ ਕਮਾ ਸਕਦੇ ਹੋ, ਵਧੀਆ ਡਾਲਰ ਕਮਾ ਸਕਦੇ ਹੋ। ਉਸ ਵੈਬਸਾਈਟ ਦੇ ਉੱਤੇ ਤੁਹਾਡਾ ਸਿੰਪਲ ਅਕਾਊਂਟ ਬਣ ਜਾਣਾ। ਉਹਦੇ 'ਤੇ ਕੋਈ ਕ੍ਰਾਈਟੇਰੀਆ ਦਾ ਚੱਕਰ ਨਹੀਂ, ਕੋਈ 60 ਹਜ਼ਾਰ ਮਿੰਟ ਦਾ ਚੱਕਰ ਨਹੀਂ, ਕੋਈ ਫੋਲੋਵਰ ਦਾ ਚੱਕਰ ਨਹੀਂ। ਤੁਸੀਂ ਕੋਈ ਵੀ ਫਨੀ ਵੀਡੀਓ ਜਿਵੇਂ ਹੋ ਗਈ, ਜਾਂ ਟ੍ਰੈਂਡਿੰਗ 'ਚ ਕੋਈ ਵੀਡੀਓ ਚੱਲਦੀ ਹੋਵੇ, ਜਾਂ ਮਿਊਜ਼ਿਕ ਵਾਲੀ ਵੀਡੀਓ, ਜਾਂ ਕੋਈ ਵੀ ਵੀਡੀਓ ਡਾਊਨਲੋਡ ਕਰਕੇ ਤੁਸੀਂ ਉਹਦੇ 'ਤੇ ਮਾੜੀ ਮੋਟੀ ਐਡਿਟ ਕਰਕੇ ਪਾ ਸਕਦੇ ਹੋ, ਤੁਹਾਨੂੰ ਕੋਈ ਕਾਪੀਰਾਈਟ ਕਲੇਮ ਨਹੀਂ ਹੋਗਾ। ਬਹੁਤ ਹੀ ਵਧੀਆ ਵੈਬਸਾਈਟ ਆ। ਇੱਕ ਰਿਕੁਐਸਟ ਹੈ ਜੀ ਸਾਰਿਆਂ ਨੂੰ, ਜੇ ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ, ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਜੇ ਚੈਨਲ 'ਤੇ ਆਪਣੇ ਨਵੇਂ ਹੋ। ਆਓ ਫਿਰ ਮੈਂ ਦੱਸਦਾ ਤੁਹਾਨੂੰ ਕਿਵੇਂ ਤੁਸੀਂ ਆਪਣਾ ਉਹ ਵੈਬਸਾਈਟ ਦੇ ਉੱਤੇ ਅਕਾਊਂਟ ਬਣਾ ਸਕਦੇ ਹੋ। ਵੀਡੀਓ ਕਰਦੇ ਹਾਂ ਸ਼ੁਰੂ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫੋਨ ਖੋਲ੍ਹਣਾ, ਆਪਣਾ ਫੋਨ ਖੋਲ੍ਹ ਕੇ ਜਿਹੜਾ ਆਪਣੇ ਫੋਨ ਦਾ ਗੂਗਲ ਕਰੋਮ ਹੈ, ਤੁਸੀਂ ਗੂਗਲ ਕਰੋਮ ਨੂੰ ਓਪਨ ਕਰ ਲੈਣਾ ਇੱਦਾਂ ਕਰਕੇ, ਠੀਕ ਹੈ ਜੀ। ਗੂਗਲ ਕਰੋਮ ਦੇ ਵਿੱਚ ਜਾ ਕੇ ਤੁਸੀਂ ਭਰਨਾ ਵਾ ਰੰਬਲ, RUMBLE। ਜਦੋਂ ਭਰੋਗੇ ਉੱਪਰ ਲਿਖਿਆ ਆ ਜਾਊਗਾ ਆਪਣੇ ਆਪ, ਠੀਕ ਹੈ ਜੀ। ਤੁਸੀਂ ਰੰਬਲ ਭਰਨਾ ਇੱਦਾਂ ਕਰਕੇ, ਰੰਬਲ 'ਤੇ ਭਰਦੇ ਸਾਰ ਹੀ ਅਤੇ ਸਭ ਤੋਂ ਜਿਹੜੀ ਪਹਿਲੀ ਵੈਬਸਾਈਟ ਆ, ਜਿਹੜਾ ਲਿੰਕ ਆ ਰੰਬਲ ਵਾਲਾ, ਗ੍ਰੀਨ ਟਿਕ ਵਾਲਾ, ਠੀਕ ਹੈ ਜੀ, ਇਹਨੂੰ ਓਪਨ ਕਰ ਲੈਣਾ, ਠੀਕ ਹੈ ਜੀ। ਇੱਦਾਂ ਕਰਕੇ ਆ ਦੇਖੋ ਓਪਨ ਹੋ ਗਿਆ, ਆ ਦੇਖੋ ਆ ਵੀਡੀਓ ਸ਼ੋਅ ਕਰ ਗਈ ਨਾ, ਇੱਥੇ ਆ ਰਿਹਾ ਸਾਈਨ ਇਨ ਅਤੇ ਸਾਈਨ ਅਪ, ਠੀਕ ਹੈ। ਤੁਸੀਂ ਇੱਥੇ ਆਪਣਾ ਅਕਾਊਂਟ ਬਣਾਉਣਾ, ਨਾਲੇ ਤੁਸੀਂ ਇਹਨੂੰ ਡੈਸਕਟੋਪ 'ਤੇ ਕਰ ਲਿਓ, ਰਿਕੁਐਸਟ ਟੂ ਡੈਸਕਟੋਪ, ਠੀਕ ਹੈ। ਡੈਸਕਟੋਪ 'ਤੇ ਪ੍ਰੋਪਰ ਆ ਜਾਏਗਾ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਆ, ਤੁਸੀਂ ਨਵਾਂ ਅਕਾਊਂਟ ਬਣਾਉਣਾ ਵਾ, ਸਾਈਨ ਅਪ 'ਤੇ ਕਲਿੱਕ ਕਰਨਾ, ਠੀਕ ਹੈ ਜੀ। ਸਾਈਨ ਅਪ 'ਤੇ ਕਲਿੱਕ ਕਰੋਗੇ, ਦੇਖੋ ਇੱਦਾਂ ਦਾ ਇੰਟਰਫੇਸ ਆ ਗਿਆ। ਸਭ ਤੋਂ ਪਹਿਲਾਂ ਤੁਸੀਂ ਆਪਾਂ ਭਰਨਾ ਨਾਮ, ਜਿਹੜਾ ਵੀ ਤੁਹਾਡਾ ਨਾਮ ਹੈ, ਠੀਕ ਹੈ ਜੀ। ਮੈਂ ਆਪਣਾ ਨਾਮ ਫਿਲ ਕਰ ਲੈਣਾ, ਜਿਹੜਾ ਮੇਰਾ ਨਾਮ ਹੈ, ਆਪਣਾ ਨਾਮ ਭਰਨ ਲੱਗਿਆ, ਤੁਸੀਂ ਆਪਣਾ ਨਾਮ ਫਿਲ ਕਰ ਲਿਓ, ਠੀਕ ਹੈ ਜੀ। ਸਭ ਤੋਂ ਪਹਿਲਾਂ ਨਾਮ ਭਰੋਗੇ, ਉਸ ਤੋਂ ਬਾਅਦ ਥੱਲੇ ਹੈਗਾ ਯੂਜ਼ਰ ਨੇਮ, ਤੁਹਾਨੂੰ ਜਿਹੜਾ ਯੂਜ਼ਰ ਨੇਮ ਵਧੀਆ ਲੱਗਦਾ ਉਹ ਭਰ ਲਿਓ। ਜੇ ਤਾਂ ਇਹ ਪਹਿਲਾਂ ਕਿਸੇ ਦਾ ਨਹੀਂ ਰੱਖਿਆ ਹੋਇਆ ਤਾਂ ਚੱਕ ਲੇਗਾ, ਜੇ ਰੱਖਿਆ ਹੋਇਆ ਤਾਂ ਤੁਹਾਨੂੰ ਸ਼ੋਅ ਕਰ ਦੇਗਾ, ਤੁਸੀਂ ਇਸ ਨਾਮ ਤੋਂ ਰੱਖ ਸਕਦੇ ਹੋ, ਜਿੱਦਾਂ ਵੀ ਰੱਖ ਸਕਦੇ ਹੋ, ਠੀਕ ਹੈ ਜੀ। ਮੈਂ ਆਪਣਾ ਯੂਜ਼ਰ ਨੇਮ ਭਰ ਲੈਣਾ, ਜਿਹੜਾ ਮੇਰਾ ਜੀਮੇਲ ਦੀ ਆਈਡੀ ਆ ਜਾਂ ਕੁਝ ਹੋਰ ਹੈ ਮੈਂ ਉਹ ਤੋਂ ਭਰ ਲੈਣਾ ਆਪਣਾ, ਠੀਕ ਹੈ ਜੀ। ਆ ਮੈਂ ਆਪਣਾ ਭਰ ਲਿਆ ਯੂਜ਼ਰ ਨੇਮ, ਠੀਕ ਹੈ, ਚੱਕ ਲਿਆ ਨੇ, ਗ੍ਰੀਨ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਪਾਸਵਰਡ ਭਰ ਲਿਓ, ਜਿਹੜਾ ਤੁਹਾਨੂੰ ਵਧੀਆ ਲੱਗਦਾ। ਯੂਜ਼ਰ ਨੇਮ ਆਪਣਾ ਨਾ ਕੁਝ ਅਲੱਗ ਜਿਹਾ ਭਰਿਓ, ਡਿਫਰੈਂਟ ਜਿਹਾ, ਠੀਕ ਹੈ ਜੀ, ਜਿਹੜਾ ਉਹਦੇ ਵਿੱਚ ਸ਼ੋਅ ਹੋ ਜਾਏ ਜਲਦੀ, ਤੁਹਾਡਾ ਸਰਚ ਦੇ ਵਿੱਚ ਆਉਣ ਲੱਗ ਜਾਏ, ਠੀਕ ਹੈ ਜੀ। ਇੱਦਾਂ ਦਾ ਯੂਜ਼ਰ ਨੇਮ ਭਰਿਓ ਆਪਣਾ, ਜਿਵੇਂ ਆਪਾਂ ਯੂਟਿਊਬ 'ਤੇ ਚੈਨਲ ਬਣਾਉਂਦੇ ਹੁੰਦੇ, ਠੀਕ ਹੈ ਜੀ। ਪਾਸਵਰਡ ਆਪਣਾ 2 ਵਾਰੀ ਫਿਲ ਕਰ ਦੇਣਾ ਵਾ, ਤੁਸੀਂ ਰੀਐਂਟਰ ਪਾਸਵਰਡ 'ਤੇ ਵੀ ਸੇਮ ਪਾਸਵਰਡ ਤੁਸੀਂ ਲਾ ਦੇਣਾ। ਉਸ ਤੋਂ ਬਾਅਦ ਈਮੇਲ ਐਡਰੈਸ ਆ, ਈਮੇਲ ਐਡਰੈਸ ਤੁਹਾਡਾ ਜਿਹੜਾ ਵਾ, ਈਮੇਲ ਐਡਰੈਸ ਆਪਣਾ ਪਾ ਦਿਓ, ਠੀਕ ਹੈ ਜੀ। ਮੈਂ ਆਪਣਾ ਈਮੇਲ ਐਡਰੈਸ ਪਾ ਦਿੰਦਾ ਇਹਦੇ ਵਿੱਚ, ਮੇਰੇ ਕੋਲ 2 ਈਮੇਲ ਐਡਰੈਸ ਨੇ, ਮੈਂ ਆਪਣਾ ਈਮੇਲ ਐਡਰੈਸ ਪਾ ਦਿੱਤਾ ਇਹਦੇ ਵਿੱਚ। ਉਸ ਤੋਂ ਬਾਅਦ ਥੱਲੇ ਰੀਟਾਈਪ ਈਮੇਲ ਐਡਰੈਸ, ਠੀਕ ਹੈ, ਦੁਬਾਰਾ ਫਿਰ ਈਮੇਲ ਐਡਰੈਸ ਤੁਸੀਂ ਇਹਦੇ ਵਿੱਚ ਪਾਉਣਾ ਵਾ। ਮੈਂ ਦੁਬਾਰਾ ਫਿਲ ਕਰ ਦਿੰਦਾ ਈਮੇਲ ਐਡਰੈਸ। ਬਹੁਤ ਹੀ ਸਿੰਪਲ ਜਿਹਾ ਤਰੀਕਾ ਅਕਾਊਂਟ ਬਣਾਉਣ ਦਾ, ਕੋਈ ਬੜਾ ਔਖਾ ਕੰਮ ਨਹੀਂ। ਇੱਕ ਵਾਰੀ ਵੀਡੀਓ ਅਕਾਊਂਟ ਬਣਾ ਕੇ ਵੀਡੀਓ ਅਪਲੋਡ ਜ਼ਰੂਰ ਕਰਿਓ, ਠੀਕ ਹੈ ਜੀ। ਉਸ ਤੋਂ ਬਾਅਦ ਕੰਟਰੀ ਸਿਲੈਕਟ ਕਰਨੀ ਥੱਲੇ ਕਿ ਜਿਹੜੀ ਤੁਹਾਡੀ ਕੰਟਰੀ ਹੈ, ਜਿੱਥੋਂ ਦੇ ਵੀ ਤੁਸੀਂ ਹੋ। ਮੈਂ ਇੰਡੀਆ ਤੋਂ ਜੀ, ਤਾਂ ਇੰਡੀਆ ਮੈਂ ਸਿਲੈਕਟ ਕਰੂੰਗਾ। ਨੀਚੇ ਸਕਰੋਲ ਕਰਦਿਆਂ ਨੂੰ ਕਾਫੀ ਨੀਚੇ ਜੇ ਕਿ GHI ਆ ਗਿਆ ਜੀ ਆਪਣਾ ਇੰਡੀਆ। ਉਸ ਤੋਂ ਬਾਅਦ ਆਪਣੀ ਡੇਟ ਆਫ ਬਰਥ ਪਾ ਦੇਣੀ ਤੁਸੀਂ, ਠੀਕ ਹੈ, ਜਿਹੜੀ ਤੁਹਾਡੀ ਡੇਟ ਆਫ ਬਰਥ ਆ, ਆਪਣੀ ਜਨਮ ਤਰੀਕ ਹੈ, ਠੀਕ ਹੈ ਜੀ। ਮੈਂ ਆਪਣੀ ਡੇਟ ਆਫ ਬਰਥ ਦੇ ਵਿੱਚ ਫਿਲ ਕਰ ਦਿੰਦਾ, ਠੀਕ ਹੈ ਜੀ। ਆਪਣੀ ਆਪਾਂ ਡੇਟ ਆਫ ਬਰਥ ਪਾ ਲਈ, ਆ ਆਪਸ਼ਨਲ ਫੀਲਡ ਲਿਖਿਆ ਨਾ, ਇਹਨੂੰ ਭਾਵੇਂ ਤੁਸੀਂ ਛੱਡ ਦਿਓ, ਜੇ ਫਿਲ ਕਰਨਾ ਕਰ ਵੀ ਸਕਦੇ ਹੋ, ਜੇ ਛੱਡਣਾ ਛੱਡ ਵੀ ਸਕਦੇ ਹੋ, ਐਡਾ ਕੋਈ ਚੱਕਰ ਨਹੀਂ ਹੈਗਾ, ਠੀਕ ਹੈ ਜੀ। ਉਸ ਤੋਂ ਬਾਅਦ ਥੱਲੇ ਤੁਹਾਡਾ ਥੱਲੇ ਆ ਗਿਆ, ਦੇਖੋ ਐਡਰੈਸ ਵਗੈਰਾ ਆ ਰਿਹਾ ਨਾ, ਥੱਲੇ ਐਡਰੈਸ 'ਤੇ ਆ ਜਾਓ ਸਿੱਧਾ, ਇਹਦੇ ਵਿੱਚ ਆਪਣਾ ਐਡਰੈਸ ਭਰ ਲਓ, ਜਿਹੜਾ ਵੀ ਤੁਹਾਡਾ ਐਡਰੈਸ ਹੈ, ਸਹੀ ਐਡਰੈਸ ਭਰਿਓ, ਗਲਤ ਐਡਰੈਸ ਨਾ ਭਰਿਓ, ਠੀਕ ਹੈ ਜੀ। ਤੁਹਾਨੂੰ ਪਤਾ ਐਡਰੈਸ ਬੰਦੇ ਨੂੰ ਸਹੀ ਹੀ ਭਰਨਾ ਚਾਹੀਦਾ ਆਪਣਾ, ਠੀਕ ਹੈ ਜੀ। ਮੈਂ ਆਪਣਾ ਐਡਰੈਸ ਇੱਦਾਂ ਭਰ ਲੈਂਦਾ ਇਹਦੇ ਵਿੱਚ, ਤੁਸੀਂ ਆਪਣਾ ਐਡਰੈਸ ਭਰ ਲਿਓ। ਆਪਾਂ ਆਪਣਾ ਐਡਰੈਸ ਭਰ ਰਹੇ ਹਾਂ ਜੀ, ਫਿਲ ਕਰ ਰਹੇ ਹਾਂ, ਆਪਾਂ ਆਪਣਾ ਐਡਰੈਸ ਭਰ ਲਿਆ, ਠੀਕ ਹੈ। ਉੱਪਰ ਥੋੜ੍ਹਾ ਜਿਹਾ ਮਤਲਬ ਉੱਪਰ ਭਰ ਲਿਓ, ਅੱਧਾ ਕੁ ਐਡਰੈਸ, ਅੱਧਾ ਕੁ ਥੱਲੇ ਭਰ ਲਿਓ, ਠੀਕ ਹੈ ਜੀ। ਦੋ ਆਪਾਂ ਨੂੰ ਮਿਲੇ ਹੋਏ ਖਾਨੇ ਦੇ ਵਿੱਚ ਫਿਲ ਕਰ ਲਿਓ, ਉਸ ਤੋਂ ਬਾਅਦ ਸਿਟੀ ਭਰ ਲਿਓ,
ਲੁਧਿਆਣਾ ਆਪਣੀ ਸਿਟੀ ਹੈ, ਤੁਸੀਂ ਤੁਹਾਡੀ ਜਿਹੜੀ ਸਿਟੀ ਆਪਣੀ ਸਿਟੀ ਭਰ ਲਿਓ, ਉਸ ਤੋਂ ਬਾਅਦ ਸਟੇਟ ਜਿਹੜੀ ਤੁਹਾਡੀ ਹੈ ਸਟੇਟ ਭਰ ਲਿਓ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਪੋਸਟਲ ਕੋਡ ਹੈ ਤੁਹਾਡਾ ਪੋਸਟਲ ਕੋਡ ਭਰ ਲਿਓ, ਠੀਕ ਹੈ ਜੀ। ਉਸ ਤੋਂ ਬਾਅਦ ਤੁਹਾਡਾ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ ਭਰ ਲਿਓ। ਮੋਬਾਈਲ ਨੰਬਰ ਭਰਨ ਤੋਂ ਬਾਅਦ ਥੱਲੇ ਐਗਰੀ ਦੀ ਆਪਸ਼ਨ ਆਏਗੀ, ਐਗਰੀ ਦੀ ਆਪਸ਼ਨ 'ਤੇ ਰਜਿਸਟਰ ਦੀ ਆਪਸ਼ਨ ਆਏਗੀ, ਉਹ ਸੋਰੀ ਆਹ ਜਿਹੜਾ ਬਲੂ ਹੈ ਨਾ ਟਿਕ ਕਰਕੇ ਰਜਿਸਟਰ ਭਰ ਦਿਓ, ਉਸ ਤੋਂ ਬਾਅਦ ਤੁਹਾਨੂੰ ਇੱਦਾਂ ਮੰਗੇਗਾ, ਠੀਕ ਹੈ ਜੀ। ਇੱਥੇ ਦੇਖੋ ਲਿਖਿਆ ਨਾ ਕ੍ਰੋਸ ਵਾਕ, ਠੀਕ ਹੈ ਜੀ। ਇਹ ਜਿਹੜੀ ਕੀ ਹੁੰਦੀ ਉਹ ਮੰਗਦੀ, ਕ੍ਰੋਸ ਵਾਕ ਜਿੰਨੇ ਵੀ ਆ ਉੱਥੇ ਕਲਿੱਕ ਕਰ ਦੇਣਾ, ਤੁਹਾਨੂੰ ਸ਼ਾਇਦ ਹੋਰ ਕੋਈ ਆਪਸ਼ਨ ਆਵੇ, ਮੈਨੂੰ ਕ੍ਰੋਸ ਵਾਕ ਵੀ ਆਈ ਆ ਵੀ ਜਿਹੜਾ ਆਪਾਂ ਕ੍ਰੋਸ ਕਰਦੇ ਸੜਕ ਉੱਤੇ, ਉੱਤੇ ਕਲਿੱਕ ਕਰੋ, ਠੀਕ ਹੈ ਜੀ। ਉਸ ਤੋਂ ਬਾਅਦ ਉੱਤੇ ਕਲਿੱਕ ਕਰਕੇ ਆਪਾਂ ਇਹਨੂੰ ਵੈਰੀਫਾਈ ਕਰ ਦੇਣਾ ਵਾ, ਜੇ ਆਪਣੇ ਸਹੀ ਹੋਇਆ ਤਾਂ ਚੱਕ ਲਏਗਾ, ਠੀਕ ਹੈ ਜੀ। ਆ ਦੇਖੋ ਆਪਣਾ ਅਕਾਊਂਟ ਬਣ ਕੇ ਹੋ ਗਿਆ ਰੈਡੀ, ਆ ਦੇਖੋ ਲਿਖਿਆ ਨਾ ਕੰਗ੍ਰੈਚੁਲੇਸ਼ਨ, ਠੀਕ ਹੈ ਜੀ। ਇਹ ਆਪਣਾ ਅਕਾਊਂਟ ਹੁਣ ਬਣ ਗਿਆ ਵਾ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਆ ਦੇਖੋ ਇਹਦੇ ਵਿੱਚ ਵੀਡੀਓ ਆਪਾਂ ਚੈੱਕ ਕਰਦੇ ਹਾਂ, ਪਹਿਲਾਂ ਪਹਿਲਾਂ ਆਪਾਂ ਇਹਨੂੰ ਸਾਈਨ ਇਨ ਕਰ ਲੈਂਦੇ ਹਾਂ, ਆਪਣਾ ਅਕਾਊਂਟ ਬਣ ਕੇ ਰੈਡੀ ਹੋ ਗਿਆ। ਦੇਖੋ ਡਾਲਰ ਲਿਖਿਆ ਨਾ 0 ਕੈਸ਼ ਆਊਟ 0 ਆ ਰਿਹਾ, ਠੀਕ ਹੈ ਜੀ। ਹਜੇ ਆਪਣੀ 0 ਅਰਨਿੰਗ ਆ ਕਿਉਂਕਿ ਆਪਾਂ ਅਕਾਊਂਟ ਹੁਣੇ ਬਣਾਇਆ, ਅਕਾਊਂਟ ਰਿਵਿਊ, ਠੀਕ ਹੈ ਜੀ। ਆ ਦੇਖੋ 0-0 ਅਰਨਿੰਗ ਸ਼ੋ ਕਰ ਰਹੀ ਹੈ ਨਾ, ਇਹਦੇ ਵਿੱਚ ਵੀ ਵੀਡੀਓ ਸਾਰੀ ਸ਼ੋ ਕਰਨਗੀ ਤੁਹਾਨੂੰ, ਜਿਹੜੀ ਟ੍ਰੈਂਡਿੰਗ 'ਚ ਚੱਲਦੀ ਹੈ ਟ੍ਰੈਂਡਿੰਗ 'ਚ ਸ਼ੋ ਕਰਨਗੀ। ਮੈਂ ਤੁਹਾਨੂੰ ਦਿਖਾਉਣਾ ਤੁਸੀਂ ਵੀਡੀਓ ਦੇ ਵਿੱਚ ਕਿਵੇਂ ਚੈੱਕ ਕਰ ਸਕਦੇ ਹੋ ਅਤੇ ਵੀਡੀਓ ਕਿਵੇਂ। ਆ ਦੇਖੋ ਇੱਥੇ ਕਲਿੱਕ ਕਰਨ ਤੁਸੀਂ ਲੈਫਟ ਸਾਈਡ 'ਤੇ, ਇਹਦੇ ਵਿੱਚ ਆ ਦੇਖੋ ਲਿਖਿਆ ਨਾ ਟ੍ਰੈਂਡਿੰਗ, ਟ੍ਰੈਂਡਿੰਗ 'ਤੇ ਆ ਦੇਖੋ ਆ ਵੀਡੀਓ ਆ ਗਈ ਨਾ, ਦੇਖੋ 1.8 ਮਿਲੀਅਨ, 7 ਲੱਖ ਕੁਛ ਆ ਗਏ ਕੇ, ਆ ਦੇਖੋ 780K, 7,80,000 ਵਿਊ ਆਏ ਹੋਏ, ਇੱਦਾਂ ਕਰਕੇ, ਠੀਕ ਹੈ। ਦੇਖੋ ਵੀਡੀਓ ਅਪਲੋਡ ਵੀ ਉੱਪਰ ਆ ਜਿਹੜਾ ਗ੍ਰੀਨ ਟਿਕ ਹੈ ਤੇ ਵੀਡੀਓ ਅਪਲੋਡ ਤੇ ਕਲਿੱਕ ਕਰਕੇ ਅਪਲੋਡ ਵੀਡੀਓ, ਉਸ ਤੋਂ ਬਾਅਦ ਥੱਲੇ ਆ ਕਲਿੱਕ ਕਰੋਗੇ ਫੋਟੋ ਲਾਇਬ੍ਰੇਰੀ, ਫੋਟੋ ਲਾਇਬ੍ਰੇਰੀ ਤੇ ਕਲਿੱਕ ਕਰਕੇ ਤੁਹਾਡੀ ਜਿਹੜੀ ਵੀ ਵੀਡੀਓ ਆ ਤੁਹਾਡੇ ਕੋਲ ਹੈਗੀ ਆ, ਜਾਂ ਤੁਸੀਂ ਜਿਹੜੀ ਵੀਡੀਓ ਡਾਊਨਲੋਡ ਕੀਤੀ ਹੋਈ ਆ, ਠੀਕ ਹੈ ਜੀ, ਉਹ ਤੁਸੀਂ ਉਹ ਤੇ ਕਲਿੱਕ ਕਰ ਦੇਣਾ ਵਾ ਅਪਲੋਡ ਕਰਨ ਲਈ, ਉਹ ਤੁਹਾਡੀ ਵੀਡੀਓ ਅਪਲੋਡ ਕਰੇਗਾ। ਮੈਂ ਆਪਣੀ ਵੀਡੀਓ ਲੱਭਦਾ ਕੋਈ ਜਿਹੜੀ ਕੋਈ ਫਨੀ ਵੀਡੀਓ ਹੋਵੇ ਜਾਂ ਕੋਈ ਹੋਰ ਵੀਡੀਓ ਹੋਵੇ ਜਿਹੜੀ ਜਿੱਤੇ ਵਿਊ ਆ ਸਕਣ, ਠੀਕ ਹੈ। ਤੁਸੀਂ ਕੋਈ ਵੀ ਵੀਡੀਓ ਚੱਕ ਸਕਦੇ ਹੋ, ਮੇਰੀ ਇੱਕ ਵੀਡੀਓ ਪਈ ਹੈ ਸਕੂਟਰੀ ਵਾਲੀ, ਆਪਾਂ ਆਹ ਪਾ ਲੈਂਦੇ ਹਾਂ ਜੀ। ਇਹਨੂੰ ਕਲਿੱਕ ਤੇ ਕਲਿੱਕ ਕਰਕੇ ਤੁਸੀਂ ਚੂਜ਼ ਤੇ ਕਲਿੱਕ ਕਰਨਾ ਵਾ, 15 GB ਤੱਕ ਤੁਸੀਂ ਇਹ 'ਚ ਲਿਖਿਆ ਆ ਵੀਡੀਓ, 15 GB ਦੀ ਸਾਈਜ਼ ਦੀ ਵੀਡੀਓ ਪਾ ਸਕਦੇ, ਆਪਾਂ ਚੂਜ਼ ਤੇ ਕਰਤਾ ਕਲਿੱਕ, ਠੀਕ ਹੈ ਜੀ। ਆਹ ਦੇਖੋ ਵੀਡੀਓ ਹੋ ਗਈ ਅਪਲੋਡ, ਆਹ ਦੇਖੋ ਪ੍ਰੋਸੈਸਿੰਗ ਹੋ ਰਹੀ ਆ, ਆਹ ਵੀਡੀਓ ਅਪਲੋਡ ਹੋ ਗਈ, ਠੀਕ ਹੈ ਜੀ। ਇੱਦਾਂ ਕਰਕੇ ਤੁਸੀਂ ਵੀਡੀਓ ਅਪਲੋਡ ਕਰ ਦਿਓ, ਇਹਦੇ ਵਿੱਚ ਥੱਲੇ ਕੀ ਆ, ਇਸ ਤੋਂ ਥੱਲੇ ਆਪਸ਼ਨ ਆ ਆਪਣਾ ਕੀ ਕਹਿੰਦੇ ਆ, ਦੇਖੋ ਵੀਡੀਓ ਟਾਈਟਲ, ਵੀਡੀਓ ਡਿਸਕ੍ਰਿਪਸ਼ਨ, ਇੱਦਾਂ ਕਰਕੇ ਤੁਸੀਂ ਭਰ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਥੱਲੇ ਅਪਲੋਡ ਦੀ ਆਪਸ਼ਨ ਹੈਗੀ, ਤੁਸੀਂ ਅਪਲੋਡ ਤੇ ਕਲਿੱਕ ਕਰ ਦਿਓ, ਇੱਦਾਂ ਤੁਹਾਡਾ ਅਕਾਊਂਟ ਬਣ ਜਾਏਗਾ, ਇੱਦਾਂ ਤੁਹਾਡਾ ਵੀਡੀਓ ਅਪਲੋਡ ਹੋ ਜਾਏਗੀ, ਇਹਦੇ ਵਿੱਚ ਵੀਡੀਓ ਪੈ ਜਾਏਗੀ, ਠੀਕ ਹੈ। ਹਾਂਜੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਤੁਸੀਂ ਇੱਦਾਂ ਅਕਾਊਂਟ ਬਣਾ ਲੈਣਾ, ਇੱਦਾਂ ਵੀਡੀਓ ਅਪਲੋਡ ਕਰਨੀ ਆ, ਵੀਡੀਓ ਦਾ ਥੰਬਨੇਲ ਵੀ ਲਾ ਸਕਦੇ ਹੋ, ਟਾਈਟਲ ਵੀ ਰੱਖ ਸਕਦੇ ਹੋ, ਇੱਦਾਂ ਸਿੰਪਲ ਤੁਹਾਡਾ ਅਕਾਊਂਟ ਬਣਨਾ ਵਾ, ਠੀਕ ਹੈ ਜੀ। ਆਪਣੀ ਵੀਡੀਓ ਪਾਓ ਅਤੇ ਦੇਖਿਓ, ਫਿਰ ਤੁਹਾਨੂੰ ਡਾਲਰ ਪੱਕਾ ਬਣਨੇ ਆ, ਪੱਕਾ ਪੈਸੇ ਬਣਨੇ ਆ, ਵਧੀਆ ਵੈਬਸਾਈਟ ਆ। ਆਪਣਾ ਅਕਾਊਂਟ ਜ਼ਰੂਰ ਬਣਾ ਕੇ ਦੇਖੋ, ਵੀਡੀਓ ਜ਼ਰੂਰ ਪਾ ਕੇ ਦੇਖਿਓ। ਫੇਸਬੁੱਕ ਯੂਟਿਊਬ 'ਤੇ ਤਾਂ ਤੁਸੀਂ ਪਾਉਂਦੇ ਹੋ, ਮੈਂ ਉਹਨਾਂ ਨੂੰ ਦੱਸ ਰਿਹਾ, ਉਹਨਾਂ ਲਈ ਵੀਡੀਓ ਆ ਜਿਨ੍ਹਾਂ ਨੂੰ ਪੈਸੇ ਨਹੀਂ ਬਣਦੇ, ਵਿਚਾਰੇ ਮਿਹਨਤ ਕਰੀ ਜਾਂਦੇ ਆ। ਵੈਬਸਾਈਟ ਦੇ ਉੱਤੇ ਆ ਕੇ ਤੁਸੀਂ ਅਕਾਊਂਟ ਬਣਾ ਕੇ ਵੀਡੀਓ ਜ਼ਰੂਰ ਪਾਓ ਜੀ। ਵੀਡੀਓ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਕਰ ਦਿਓ, ਚੈਨਲ ਕਰ ਲਓ ਫੋਲੋ।